ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਜੀ ਤੁਸੀਂ ਕਮੈਂਟਾਂ ਦੇ ਵਿੱਚ ਕਹਿੰਦੇ ਰਹਿੰਦੇ ਹੋ ਸਾਨੂੰ ਕਿ ਤੁਸੀਂ ਆਪਣੇ ਵਿਆਹ ਦੀ ਐਲਬਮ ਦਿਖਾਓ, ਅੱਜ ਆਪਾਂ ਤੁਹਾਨੂੰ ਆਪਣੇ ਵਿਆਹ ਦੀ ਐਲਬਮ ਦਿਖਾਵਾਂਗੇ ਜੀ ਥੋੜੇ ਕਹਿਣ ਤੇ। ਆ ਦੇਖੋ ਜੀ ਸਾਡੀ ਵਿਆਹ ਦੀ ਐਲਬਮ, ਇਹ ਵੀ ਸਾਲ ਪੁਰਾਣੀ ਐਲਬਮ ਹੈ ਜੀ, ਤੇ ਜਦ ਉਸ ਟਾਈਮ ਦੇ ਵਿੱਚ ਏਦਾਂ ਦੀਆਂ ਹੁੰਦੀਆਂ ਸੀਗੀਆਂ। ਇਹ ਵੀ ਦੇਖੋ ਇਹਦੀ ਏਦਾਂ ਲੋਕ ਵੀ ਹੈ ਜੀ, ਹਾਂਜੀ ਅਟੈਚੀ ਟਾਈਪ। ਆ ਦੇਖੋ ਜੀ ਇਸ ਤਰ੍ਹਾਂ ਦੀ ਹੁੰਦੀਆਂ ਸੀਗੀਆਂ। ਹੁਣ ਜੀ ਆਪਾਂ ਐਲਬਮ ਨੂੰ ਖੋਲ੍ਹਾਂਗੇ ਜੀ। ਆ ਦੇਖੋ ਜੀ 00 ਇੱਦਾਂ ਲੋਕ ਲੱਗ ਗਿਆ ਹੈ। ਦੋਵਾਂ ਕਰਕੇ ਨਾ ਕੁਛ ਜ਼ਿਆਦਾ ਹੈਵੀ ਹੋਇਆ। ਆ ਦੇਖੋ ਜੀ ਸਾਡੇ ਫੌਜ ਬਣੇ ਹੋਏ। ਆ ਦੇਖੋ ਜੀ ਆ ਦੀਦੀ ਨੇ ਜੀਜੇ ਜੀ ਨੇ ਆ ਮੈਂ ਤੇ ਮੰਨਦੇ ਪਾਪਾ ਜੀ। ਆ ਬੱਚਿਆਂ ਨੇ ਦੇਖਣ 'ਚ ਤਾਂ ਬੱਚਿਆਂ ਨੇ ਮਤਲਬ ਇਹਦੇ ਪੇਜਿਸ ਵਗੈਰਾ ਉਖਾੜਤੇ ਹੁਣ, ਕਿਉਂਕਿ 20 ਸਾਲ ਪੁਰਾਣੀ ਹੈ। ਜ਼ਿਆਦਾ ਇੱਦਾਂ ਹੀ ਫੌਜ ਬਣਾਉਂਦੇ ਸੀਗੇ, ਆਪਣਾ ਆਪਣਾ ਰਿਵਾਜ਼ ਹੁੰਦਾ ਸੀ ਜਿਵੇਂ। ਹਾਂਜੀ ਹੁਣ ਤਾਂ ਬਹੁਤ ਚੇਂਜ ਹੋ ਗਿਆ। ਸੂਟ ਪਾ ਲੈਂਦੇ ਸੀ ਜਾਂ ਤਾਂ, ਹਾਂ ਸਾਡੇ ਟਾਈਮ 'ਚ ਸੂਟ ਪਾਏ ਸੀਗੇ। ਇਹ ਮੇਰੇ ਤੇ ਮਾਂ ਦੇ ਪਾਪਾ ਦੇ ਫੌਜ ਨੇ ਜੀ। ਫੌਜ ਇਹਦੇ ਨੇ, ਇਹ ਮੇਰੇ ਫੌਜ ਨੇ ਜੀ, ਦੋਨਾਂ ਭੈਣਾਂ ਦਾ ਵਿੱਚ ਉਹਨਾਂ ਦੇ ਮਿਹਨਤ ਬਹੁਤ ਕਰਦੇ ਜਦੋਂ ਆ ਦੇਖਿਓ ਹੈ ਨਾ ਇਹਦੇ ਵਿੱਚ, ਹੈ ਨਾ ਇਹਦੇ ਵਿੱਚ ਕੱਟ ਕਰਕੇ ਦੇ ਵਿੱਚ ਹੈ ਨਾ ਘੁੰਡ ਦੇ ਵਿੱਚ ਮਨ ਦੇ ਪਾਪਾ ਦੀ ਫੋਟੋ ਲਗਾਈ ਹੋਈ ਹੈ ਕੱਟ ਕਰਕੇ, ਮਿਹਨਤ ਕਰਦੇ ਹੋਏ ਇਹਦਾ ਦੇਖੋ ਇਹਦਾ ਜੀਜਾ ਜੀ ਲਾਈ ਹੋਈ ਹੈ, ਇਹਦਾ ਜੀਜਾ ਜੀ ਦੀ ਫੋਟੋ ਕੱਟ ਕਰਕੇ ਲਾਈ ਹੋਈ ਹੈ ਉਹਨੇ, ਦੇਖ ਲੈ ਫੋਟੋਗ੍ਰਾਫਰ ਨੇ ਬਹੁਤ ਮਿਹਨਤ ਤਾਂ ਬਹੁਤ ਕਰਦੇ, ਕਟਿੰਗ ਕਰਕੇ ਲਾਈ ਹੋਈਆਂ ਨੇ ਫੋਟੋਆਂ ਵਿੱਚ ਫਿੱਟ ਕੀਤੀਆਂ ਹੋਈਆਂ ਫੈਬਰਿਕ ਟਿੱਕ ਨਾਲ। ਅੱਛਾ ਕੱਲੀ ਕੱਲੀ ਫੋਟੋ ਆ ਦੇਗਾ, ਕੱਲੀ ਕੱਲੀ ਫੋਟੋ ਡਿਜ਼ਾਈਨ ਕਰਕੇ ਫਿਰ ਬਾਅਦ ਚ ਕਟਿੰਗ ਕੀਤੀ ਹੋਈ ਹੈ ਕਰਕੇ ਫੋਟੋ ਕੱਟ ਕੇ ਲਾਈ ਹੋਈ ਹੈ ਫੋਟੋਗ੍ਰਾਫਰ ਨੇ, ਬਹੁਤ ਮਿਹਨਤ ਕਰਦੇ। ਕਟਿੰਗ ਕਰਕੇ ਤੁਹਾਡੀ ਤੇਰੀ ਹਰ ਬਾਬਲੂ ਦੀ ਫੋਟੋ ਦੇਖਿਆ ਸੁਣਾ, ਪਹਿਲਾਂ ਫਰੇਮ ਬਣਾਇਆ ਉਹ ਵੀ ਤਾਂ ਮੰਦੀ ਬਾਅਦ ਨਾ ਇਹਨਾਂ ਦੀ ਹਾਈਟ ਵੀ ਲੰਬੀ ਹੋ ਗਈ ਅਤੇ ਵਿਆਹ ਤੋਂ ਬਾਅਦ ਹੀ ਦਾੜੀ ਮੂਛ ਆਈ ਸੀਗੀ। ਉਸ ਟਾਈਮ ਇਹਨਾਂ ਦੇ ਦਾੜੀ ਮੂਛ ਨਹੀਂ ਸੀਗੀ ਕਿਉਂਕਿ ਮੈਰਿਜ ਬਹੁਤ ਛੋਟੀ ਉਮਰ ਦੇ ਵਿੱਚ ਹੋ ਗਈ ਸੀਗੀ ਸਾਡੀ ਦੋਨਾਂ ਦੀ। ਵੈਸੇ ਮੇਰੀ ਉਮਰ ਲੱਗ ਨਹੀਂ ਰਹੀ ਨੀ ਇੰਨੀ, ਇਹਨੇ ਮੇਰੀ ਉਮਰ ਠੀਕ ਲੱਗ ਰਹੀ ਹੈ ਜਿਹੜਾ ਉਮਰ ਮੇਰੀ ਦਾੜੀ ਮੂਛ ਕਰਕੇ ਲੱਗ ਰਹੀ ਹੈ ਨਾ, ਇਹਨਾਂ ਦੀ ਉਮਰ ਬਿਲਕੁਲ ਘੱਟ ਲੱਗ ਰਹੀ ਹੈ ਨਾਲੇ ਸਾਲ ਵੱਡੇ ਨਹੀਂ ਮੇਰੇ ਤੋਂ, ਲੱਗਦੇ ਤਾਂ ਨਹੀਂ ਹੈਗੀ ਵੀ ਵੱਡੇ, ਐਂ ਲੱਗਦੇ ਸਾਲ ਮੈਂ ਇਹਨਾਂ ਤੋਂ ਬੜੀ ਹੈ। ਦੇਖੀ ਤੂੰ ਦੇਖੋ ਜੀ ਕਿਵੇਂ ਕਟਿੰਗ ਕਰਕੇ ਉਹਨਾਂ ਨੇ ਸਕੈਚ ਰਾਹੀਂ ਨਾ ਵਿੱਚ ਡਿਜ਼ਾਈਨ ਪਾਏ ਹੋਏ ਨੇ ਅਤੇ ਸਕੈਚ ਰਾਹੀਂ ਦੇਖੋ ਕਿਵੇਂ ਕਰੇ ਹੋਏ ਪੂਰੀ ਫੋਟੋ ਲੱਗ ਗਈ ਨਾ, ਉਹ ਵੀ ਤਾਂ ਡਿਜ਼ਾਈਨ ਬਣਾਏ ਹੋਏ ਆ, ਮਿਹਨਤ ਬਹੁਤ ਕਰਨੀ ਪੈਂਦੀ ਫੋਟੋਗ੍ਰਾਫੀ ਤਾਂ। ਅੱਧੀ ਫੋਟੋ ਮੇਰੀ ਪਾਈ ਹੋਈ ਦਿਲ 'ਚ, ਅੱਧੀ ਫੋਟੋ ਜੋਤੀ ਪਾਪਾ ਦੀ। ਸੌਖੇ ਭਾਈ ਇਹਦਾ ਕੱਟ ਕਰਨਾ, ਹੁਣ ਤਾਂ ਕੰਪਿਊਟਰ ਵਾਲਾ ਕੰਮ ਹੋ ਗਿਆ, ਫੋਟੋਗ੍ਰਾਫਰ ਨੇ ਉਲਟ ਪੁਲਟ ਪਾਈ ਹੋਈਆਂ ਹੈ ਨਾ ਕਦੇ ਉੱਪਰ ਨੂੰ ਕਿਧਰੇ ਨੂੰ ਕਦੇ। ਦੇਖੀ ਦੀਦੀ ਕਿਵੇਂ ਕਟਿੰਗ ਕਰਿਆ ਹੋਇਆ ਹੈ ਨਾ, ਡਿਜ਼ਾਈਨ ਦੇਖ ਲੈ ਕਿਆ ਸੋਹਣਾ ਪਾਇਆ ਹੋਇਆ, ਸੌਖਾ ਪਿਆ।
ਬਸ ਕੱਟ ਕਰਕੇ ਫਿਰ ਜਿਵੇਂ ਬਲੇਡ ਹੋਏ ਗਰਾ ਬਲੇਡ ਕਿਸ ਨਹੀਂ ਕੱਟ ਹੁੰਦੇ ਹੈਗੇ ਕੋਈ ਉਹਨਾਂ ਇਹਨਾਂ ਉਹਨੇ ਕਰੇ ਹੋਇਆ ਹੈ ਨਾ ਦੀਦੀ ਸਿਸਟਮ ਬਣਾ ਦੇ ਆ ਵੀ ਕਿਵੇਂ ਦੇਖ ਲੈ ਫਿਰ ਪੈਨ ਨਾਲ ਸਕੈਚ ਨਾਲ ਲਿਖਦੇ ਵੀ ਸੀ ਮਿਹਨਤ ਬਹੁਤ ਲੱਗਦੀ ਹੈ ਹੈ ਨਾ ਉਹੀ ਤਾਂ ਟਾਈਮ ਪੈ ਜੇ ਕੋਈ ਗੱਲਾਂ ਕਰਨਾ ਕਦੇ ਕੋਈ ਕਰਨਾ ਹੈ ਨਾ ਕੱਟ ਕਰਕੇ ਨਾ ਵਿੱਚ ਬਿੰਦੀਆਂ ਲਗਾਈਆਂ ਹੋਈਆਂ ਸਕੈਚ ਨਾਲ ਵੀ ਦੇਖੀ ਕਿਵੇਂ ਖੜੇ ਹੋਏ ਬੈਡ ਤੇ ਕਿਹੜੇ ਖੜ ਜੂ ਦੱਸ ਬੈਡ ਤੇ ਚੜਾਤੇ ਆ ਹੈ ਨਾ ਇੱਕ ਆਪਣੇ ਦੋਨਾਂ ਦੀ ਵੀ ਹੈਗੀ ਬੈਡ ਤੇ ਹਾਂ ਉਹ ਦੋਨੋਂ ਸੇਮ ਖੜੇ ਆ ਦੀਦੀ ਹਾਂ ਉਹ ਵੀ ਹੈਗੀ ਹੈ ਜਿਵੇਂ ਜਿਵੇਂ ਫੋਟੋਗ੍ਰਾਫਰ ਕਹਿੰਦਾ ਕਰਨਾ ਪੈਂਦਾ ਮਾਸੀ ਜੀ ਨੇ ਮਾਂਦੇ ਪਾਪਾ ਦੇ ਮਾਸੀ ਜੀ ਨੇ ਤੇ ਇਹ ਵੀ ਮਾਸੀ ਜੀ ਨੇ ਮਾਂਦੇ ਪਾਪਾ ਦੇ ਕਿਉਂਕਿ ਮੇਰੇ ਮੰਮਾ ਉਹਨੇ ਤਿੰਨ ਭੈਣਾਂ ਨੇ ਇਹ ਖੜੀਆਂ ਤਿੰਨ ਭਰਜਾਈ ਖੜੇ ਨੇ ਮੇਰੀ ਮਾਮੀ ਜੀ ਤੇ ਮਾਮੀ ਜੀ ਦਾ ਬੇਟਾ ਇਹ ਵੀ ਮਾਮੀ ਜੀ ਦਾ ਬੇਟਾ ਹੀ ਹੈ ਜੀ ਨਾਨਕਿਆਂ ਵੱਲੋਂ ਜੀ ਆਹ ਮਾਮੀ ਜੀ ਨੇ ਜੀ ਛੋਟੇ ਵਾਲੇ ਮਾਂਦੇ ਪਾਪਾ ਦੇ ਇਹ ਮਾਸੀ ਜੀ ਦੀ ਬੇਟੀ ਹੈ ਅਤੇ ਮਾਸੀ ਜੀ ਹੈ ਜੀ ਮਾਸੀ ਜੀ ਦਾ ਦੋਤਾ ਹੈ ਜੀ ਅਤੇ ਭੂਆ ਜੀ ਦੀ ਇਹ ਵੱਡੀ ਨੂੰਹ ਹੈ ਜੀ ਅਤੇ ਛੋਟੀ ਨੂੰਹ ਅਤੇ ਭੂਆ ਜੀ ਦੇ ਪੋਤਾ ਪੁੱਤ ਜੋੜੇ ਹਾਂ ਇਹ ਜੋੜੇ ਬੱਚੇ ਨੇ ਜੀ ਇਹ ਜੀਜਾ ਜੀ ਨੇ ਅਤੇ ਮਾਂਦੇ ਪਾਪਾ ਨੇ ਜੀ ਜੰਗ ਚੜ੍ਹਦੇ ਹੋਏ ਇਹ ਜੀ ਤੇਜਾਂ ਵਾਲੇ ਵੀਰ ਜੀ ਨੇ ਮੇਰੇ ਨਰਦੋਈਆ ਜੀ ਮੇਰੇ ਜਿਹੜੇ ਆਪਾਂ ਹੁਣ ਵਿਆਹ 'ਚ ਗਏ ਸੀਗੇ ਕਮਲ ਦੇ ਉਹਦੇ ਪਾਪਾ ਨੇ ਆਪਾਂ ਨਾਨਕ ਸ਼ੱਕ ਲਾ ਕੇ ਆਏ ਹਾਂ ਜੀ ਇਹ ਵੀਰ ਜੀ ਨੇ ਮੇਰੇ ਇਹ ਜੀ ਮੇਰੇ ਨਣਦ ਨੇ ਇਹ ਜੀ ਇਹ ਇਹਨਾਂ ਦੀ ਮੰਮਾ ਨੇ ਜੀ ਮੇਰੀ ਮਾਸੀ ਜੀ ਮਾਂਦੇ ਪਾਪਾ ਦੇ ਇਹ ਇਹਨਾਂ ਦੀ ਬੇਟੀ ਹੈ ਜੀ ਮਤਲਬ ਜਿਹੜੀ ਮਾਂਦੇ ਪਾਪਾ ਦੀ ਮਾਸੀਆਂ ਨੇ ਦੋ ਨੇ ਅਤੇ ਉਹਨਾਂ ਕੋਲ ਚਾਰ ਬੇਟੀਆਂ ਨੇ ਇੱਕ ਮਾਸੀ ਕੋਲ ਚਾਰ ਬੇਟੀਆਂ ਨੇ ਜੀ ਉਹਨਾਂ ਕੋਲ ਬੇਟਾ ਇਹ ਤੇਜਾਂ ਵਾਲੇ ਵੀਰ ਜੀ ਨੇ ਇਹ ਦੀਦੀ ਨੇ ਜੀ ਇਹ ਕਮਲ ਬੇਟਾ ਜਿਹਦੀ ਮੈਰਿਜ ਹੋਈ ਹੈ ਜੀ ਹੁਣ ਸਾਡੇ ਮੈਨੂੰ ਐਂਟਰ ਹੁੰਦਾ ਸੀ ਜਿਹਦੀ ਵੀਡੀਓ ਮੰਮੀ ਡੈਡੀ ਹੈ ਜੀ ਸੱਸ ਸਹੁਰਾ ਜੀ ਹਾਂਜੀ ਇਹ ਸਹੁਰਾ ਸਾਹਿਬ ਨੇ ਜੀ ਫੋਟੋ ਤੁਸੀਂ ਜੰਗ ਚੜ੍ਹਦੇ ਹੋਏ ਜੀ ਦੇਖ ਰਹੇ ਹੋ ਜੀ ਬਰਾਤ ਚੜ੍ਹ ਰਹੀ ਹੈ ਖਾਣਾ ਫਿਰਦੇ ਮੱਥਾ ਟੇਕਣ ਜਾਂਦੇ ਆ ਹਾਂਜੀ ਉਦੋਂ ਦੀ ਆ ਹਾਂਜੀ ਬਰਾਤ ਚੜ੍ਹਦੇ ਹੋਏ ਮੱਥਾ ਟਿਕਾਉਂਦੇ ਨੇ ਜੀ ਇਹ ਜੀ ਭੂਆ ਜੀ ਦੇ ਜੋੜੇ ਪੋਤੇ ਨੇ ਅੱਗੇ ਨੂੰ ਮਨਦੀਪ ਅਤੇ ਸੰਦੀਪ ਨਾਨਕਿਆਂ ਦਾ ਮਤਲਬ ਸਾਰੇ ਬੇਟੇ ਮਤਲਬ ਜੋ ਵੀ ਜਮਾਈ ਵਗੈਰਾ ਇੱਧਰ ਦੇ ਹੀ ਨੇ ਹਾਂਜੀ ਮਾਂਦੇ ਪਾਪਾ ਦੇ ਸਾਈਡ ਦੇ ਇਹ ਮਾਮੀਆਂ ਜੀ ਇਹ ਮਾਮੀ ਜੀ ਮੇਰੇ ਛੋਟੇ ਵਾਲੇ ਮਾਂਦੇ ਪਾਪਾ ਦੇ ਇਹ ਵੱਡੇ ਵਾਲੇ ਜੀ ਮਾਂਦੇ ਪਾਪਾ ਉਹਨਾਂ ਦੇ ਚਾਰ ਮਾਮਾ ਜੀ ਨੇ ਅਤੇ ਚਾਰ ਮਾਮੀ ਜੀ ਅੱਗੇ ਉਹਨਾਂ ਦੀ ਫੈਮਿਲੀ ਹੈ ਜੀ 20 ਸਾਲ ਪੁਰਾਣਾ ਇੱਦਾਂ ਦਾ ਹੁੰਦਾ ਸੀਗਾ ਹੁਣ ਚੇਂਜ ਹੋ ਗਿਆ ਚੜਾ ਕੇ ਜਾਂਦੇ ਨੇ ਜੋ ਵੀ ਉਹਦੀ ਮਨ ਦੀ ਕਾਮਨਾ ਹੁੰਦੀ ਹੈ ਜੀ ਉਹ ਜ਼ਰੂਰ ਪੂਰੀ ਹੋ ਜਾਂਦੀ ਹੈ
ਇਹ ਸਾਡੇ ਬਾਬਾ ਡੇਰੇ ਦਾ ਮੰਦਰ ਹੈ ਜੀ। ਤਨ ਚੜ੍ਹਦੇ ਹੋਏ ਭਰਜਾਈਆਂ ਸੁਰਮਾ ਪਾਉਂਦੀਆਂ ਨੇ, ਇਹ ਭੂਆ ਜੀ ਦੀ ਨੂੰਹ ਹੈ ਜੀ ਵੱਡੀ ਵਾਲੀ, ਅਤੇ ਮਾਮਾ ਜੀ ਦੀ ਨੂੰਹ ਹੈ, ਮਾਂਦੇ ਪਾਪਾ ਉਹਨਾਂ ਦੇ, ਇਹ ਵੀ ਮਾਮਾ ਜੀ ਦੀ ਨੂੰਹ ਹੈ ਜੀ। ਇਹ ਇਹੀ ਨੇ ਜੀ, ਇਹ ਪਹਿਲਾਂ ਜੀਜਾ ਜੀ ਦੇ ਪਾਇਆ ਇਹਨਾਂ ਨੇ, ਫਿਰ ਮਾਂਦੇ ਪਾਪਾ ਦੇ ਸੁਰਮਾ ਪਾਇਆ ਹੈ ਜੀ। ਭਰਜਾਈਆਂ ਦੀ ਰਸਮ ਹੁੰਦੀ ਹੈ ਜੀ, ਸੁਰਮਾ ਪਵਾਈ ਫਿਰ ਸ਼ਗਨ ਦਿੰਦੇ ਨੇ। ਆਹ ਦੇਖੋ ਜੀ, ਆਹ ਮਾਮੀ ਜੀ ਨੇ, ਇਹ ਭਾਬੀ ਹੈ ਇਹਨਾਂ ਦੇ, ਇਹ ਭੂਆ ਜੀ ਦੀ ਨੂੰਹ ਹੈ ਜੀ ਸੁਰਮਾ ਪਾਉਂਦੇ ਹੋਏ, ਅਤੇ ਰਿਸ਼ਤੇਦਾਰ ਦੇ ਵਿੱਚ ਬੇਟੇ ਨੇ ਜੀ ਇਹ, ਮਾਸੀ ਜੀ ਦੇ ਦੋਹਤੇ। ਆ ਜੀ ਮਾਮਾ ਜੀ ਦਾ ਪੋਤਾ ਲਵਪ੍ਰੀਤ। ਆ ਦੇਖੋ ਜੀ, ਡੋਲੀ ਵਾਲੀ ਕਾਰ ਹੈ ਜੀ, ਡੋਲੀ ਵਾਲੀ ਕਾਰ ਹੈ ਜੀ। ਇਹ ਪੂਰੀ ਗੈਂਦੇ ਦੇ ਫੁੱਲਾਂ ਨਾਲ ਸਜਾ ਕੇ ਲੈ ਗਏ ਗਏ ਸੀਗੇ, ਫੁੱਲਾਂ ਨਾਲ ਸਜਾਉਂਦੇ ਗੈਂਦੇ ਦੇ ਫੁੱਲ, ਹੁਣ ਤਾਂ ਜ਼ਿਆਦਾ ਹੁਣ ਤਾਂ ਰੋਜ਼ ਵਿਹੜਾ ਹੋ ਗਿਆ। ਹਾਂਜੀ, ਨਕਲੀ ਵੀ ਲਾਉਂਦੇ ਨਾ ਹੁਣ ਤਾਂ ਅਸਲੀ ਲਾਉਂਦੇ। ਹਾਂਜੀ, ਪਹਿਲਾਂ ਤਾਂ ਗੈਂਦੇ ਦੇ ਹੁੰਦੇ, ਇਹ 20 ਸਾਲ ਪੁਰਾਣੀ ਗੱਲਾਂ। ਸਹੀ ਗੱਲ ਹੈ, ਅੱਜ ਦੀ ਗੱਲਾਂ ਹੈ ਤਾਂ। ਆਹ ਦੇਖੋ ਜੀ, ਉੱਥੇ ਬਰਾਤ ਪਹੁੰਚ ਗਈ ਹੁਣ, ਜਾਂ ਬਰਾਤ ਜਿਵੇਂ। ਹਾਂਜੀ, ਇਹ ਆਪਾਂ ਉੱਧਰ ਦੀ ਫੈਮਿਲੀ ਹੈ ਜੀ, ਮੇਰੇ ਪੇਕੇ ਪਰਿਵਾਰ ਦੀ। ਇਹ ਮੇਰੇ ਮਾਮਾ ਜੀ ਨੇ, ਇਹ ਮੇਰੇ ਡੈਡੀ ਨੇ ਜੀ, ਇਹ ਮੇਰੇ ਮਾਸੜ ਜੀ ਨੇ, ਅਤੇ ਇਹ ਮੇਰੇ ਬੜੇ ਮਾਸੜ ਜੀ ਨੇ ਜੀ, ਐਮ ਪੀ ਵਾਲੇ ਮਾਸੜ ਨੇ। ਮਤਲਬ ਮੇਰੇ ਚਾਰ ਮਾਸੀਆਂ ਨੇ ਅਤੇ ਚਾਰ ਮਾਸੜ, ਅੱਗੇ ਉਹਨਾਂ ਦੇ ਬੱਚੇ ਨੇ ਜੀ, ਮੈਂ ਤੁਹਾਨੂੰ ਦਿਖਾਵਾਂਗੀ ਉਹ ਵੀ। ਵੱਡੇ ਮਾਮਾ ਜੀ ਨੇ, ਇਹ ਮੇਰੇ ਛੋਟੇ ਮਾਮਾ ਜੀ, ਮੇਰੇ ਮਾਮਾ ਜੀ ਤਿੰਨ ਨੇ ਜੀ, ਇਹ ਛੋਟੇ ਵਾਲੇ ਮਾਮਾ ਜੀ, ਗਵਲੇ ਵਾਲੇ ਮਾਮਾ ਜੀ ਨੇ, ਅਤੇ ਬਾਕੀ ਹੋਰ ਪਿੰਡ ਦੇ ਲੋਕ ਨੇ ਜੀ, ਬਰਾਤ ਦੀ ਮਤਲਬ ਬਰਾਤ ਦਾ ਸਵਾਗਤ ਕਰ ਰਹੇ ਨੇ ਜੀ। ਹੁਣ ਆਪਾਂ ਤੁਹਾਨੂੰ ਰੀਬਨ 'ਤੇ ਦਿਖਾਵਾਂਗੇ ਜੀ, ਕਿਵੇਂ ਰੀਬਨ ਸਾਲੀਆਂ ਕਟਾਉਂਦੀਆਂ ਨੇ ਜੀ। ਆਹ ਦੇਖੋ, ਹਾਂਜੀ, ਆਹ ਰੀਬਨ ਕਟਿੰਗ ਦੀ ਫੋਟੋ ਹੈ ਜੀ। ਉੱਧਰ ਤੋਂ ਮੇਰੇ ਮਾਮਾ ਜੀ ਦੀ ਬੇਟੀਆਂ ਰੀਬਨ ਕਟਾ ਰਹੀਆਂ ਨੇ। ਆਹ ਦੇਖੋ ਜੀ, ਜਿਵੇਂ ਆਪਾਂ ਕਾਰ ਵਿਹਾਰ ਕਰਦੇ ਨੇ, ਆਹ ਮੇਲਣੀਆਂ ਦੀਆਂ ਰਸਮਾਂ ਹੋ ਰਹੀਆਂ ਨੇ ਇੱਧਰ। ਆਨੰਦ ਕਾਰਜ ਹੁੰਦੇ ਸੀਗੇ ਜੀ, ਮਤਲਬ ਸਾਰੇ ਲੋਕਾਂ ਦੇ ਸਾਹਮਣੇ ਆਨੰਦ ਕਾਰਜ ਹੁੰਦੇ ਸੀਗੇ। ਜਿਵੇਂ ਹੁਣ ਤਾਂ ਆਪਾਂ ਪਰਿਵਾਰ ਚੋਂ ਲੋਕ ਚਲੇ ਜਾਂਦੇ ਨੇ, ਜਿਵੇਂ ਆਪਣੀ ਮੇਨ ਫੈਮਿਲੀ ਹੋ ਗਈ ਹੈ ਨਾ, ਉਹ ਚਲੇ ਗਏ, ਬਾਕੀ ਤਾਂ ਸਾਰੇ ਲੋਕ ਐਸੇ ਰਹਿੰਦੇ ਨੇ। ਜਦ ਪੂਰੇ ਪਰਿਵਾਰ, ਪੂਰੇ ਰਿਸ਼ਤੇਦਾਰ, ਪੂਰੀ ਬਰਾਤ ਉੱਥੇ ਬੈਠੀ ਹੁੰਦੀ ਸੀਗੀ, ਤਾਂ ਆਨੰਦ ਕਾਰਜ ਲਾਵਾਂ ਉੱਥੇ ਹੀ ਹੁੰਦੀਆਂ ਸੀਗੀਆਂ ਜੀ, ਸਾਰਿਆਂ ਦੇ ਸਾਹਮਣੇ। ਆਹ ਤੁਹਾਨੂੰ ਦਿਖਾਉਂਦੇ ਹਾਂ ਜੀ ਅਸੀਂ, ਆਹ ਦੇਖੋ ਜੀ, ਸਾਨੂੰ ਆਨੰਦ ਕਾਰਜ 'ਤੇ ਲੈ ਕੇ ਆ ਰਹੇ ਨੇ। ਆਹ ਮੇਰੇ ਮੰਮਾ ਨੇ ਜੀ, ਭਾਬੀ ਜੀ ਨੇ, ਮੇਰੇ ਮਾਸੀ ਜੀ, ਆਹ ਮੇਰੇ ਮਾਸੀ ਜੀ ਦੇ ਨੂੰ ਸਾਨੂੰ ਲੈ ਕੇ ਆ ਰਹੇ ਨੇ ਜੀ, ਅਤੇ ਆਹ ਵੀ ਮੇਰੇ ਮਾਸੀ ਜੀ, ਉਹਨੇ ਰਿਸ਼ਤੇਦਾਰ ਨੇ ਸਾਡੇ। ਆਹ ਮੇਰੇ ਮਾਮਾ ਜੀ ਦੀ ਬੇਟੀ ਹੈ। ਆਹ ਦੇਖੋ ਜੀ, ਮੇਰੇ ਡੈਡੀ ਸਿਹਰਾ ਵਧਾਉਂਦੇ ਹੋਏ। ਆਹ ਦੇਖੋ ਜੀ, ਸਾਰੇ ਜਣੇ ਉੱਥੇ ਬੈਠੇ ਨੇ, ਸਾਰੀ ਬਰਾਤ ਨੇ ਉੱਥੇ ਬੈਠ ਜਾਣਾ ਸੀਗਾ ਸਾਰਿਆਂ ਨੇ ਇਕੱਠੇ ਹੋ ਕੇ, ਅਤੇ ਆਰਾਮ ਨਾਲ ਸਭ ਨੇ ਆਨੰਦ ਕਾਰਜ ਦੇਖਣੇ। ਇੱਕ ਤਾਂ ਡੈਡੀ ਜੀ ਨੇ ਵਧਾਇਆ ਜੀ, ਇੱਕ ਮਾਮਾ ਜੀ ਨੇ ਛੋਟੇ ਦਾ। ਹਾਂਜੀ, ਆਹ ਮਾਮਾ ਜੀ ਵਧਾ ਰਹੇ ਨੇ ਜੀ, ਇੱਕ ਦਾ ਸਿਹਰਾ ਮਾਂਦੇ ਪਾਪਾ ਦਾ, ਅਤੇ ਵੱਡੇ ਦਾ ਜੀਜਾ ਜੀ ਦਾ ਸਿਹਰਾ ਡੈਡੀ ਨੇ ਵਧਾਇਆ ਸੀਗਾ। ਆਹ ਦੇਖੋ ਜੀ, ਅਸੀਂ ਚਾਰੇ ਜਣੇ ਲਾਮਾਲੀ ਬੈਠੇ ਹਾਂ ਜੀ, ਇਹ ਸਾਡੇ ਰਿਸ਼ਤੇਦਾਰ ਬੈਠੇ ਨੇ ਜੀ ਉੱਧਰ ਜੀ। ਛੋਟੇ ਛੋਟੇ ਬੱਚੇ ਹੁਣ ਇਹਨੇ ਜਵਾਨ ਹੋ ਗਏ, ਸਾਰੇ ਬਾਹਰ ਚਲੇ ਗਏ ਜੀ ਪੜ੍ਹਾਈਆਂ ਕਰਕੇ, ਮਾਸੀਆਂ ਦੇ ਬੱਚੇ। ਇਹ ਦੇਖੋ ਇਹਨਾਂ ਦਾ ਰਾਜ ਹੋ, ਇਹ ਅਰਦਾਸ ਖੜੇ ਹੁੰਦੇ ਹੈ ਜਦੋਂ, ਇੱਥੇ ਅਰਦਾਸ ਹੋ ਰਹੀ ਹੈ ਜੀ। ਡੈਡੀ ਖੜੇ ਨੇ ਮੇਰੇ, ਇਹ ਮੇਰੇ ਡੈਡੀ ਖੜੇ ਨੇ, ਅਤੇ ਗਿਆਨੀ ਬਾਬਾ ਜੀ ਖੜੇ ਨੇ।
ਇਹ ਇੱਥੇ ਆ ਡੈਡੀ ਖੜੇ ਨੇ ਜੀ ਅਰਦਾਸ ਵਿੱਚ ਦਿੰਦੇ ਹੋਏ ਬਾਬਾ ਜੀ ਫਿਰ ਲਾਵਾਂ ਸ਼ੁਰੂ ਕਰਨਗੇ ਇੱਥੇ ਬਾਬਾ ਜੀ ਦਿਖਾਈ ਦੇ ਰਹੇ ਨੇ ਆਪਾਂ ਨੂੰ ਪ੍ਰਕਾਸ਼ ਹੋਇਆ ਹੋਇਆ ਉਹ ਤੋਂ ਬਾਅਦ ਡੈਡੀ ਮੇਰੇ ਪੱਲਾ ਫੜਾਉਂਦੇ ਹੋਏ ਆਹ ਦੀਦੀ ਨੂੰ ਫੜਾ ਰਹੇ ਨੇ ਜੀ ਪੱਲਾ ਇਹ ਛੋਟੇ ਨੂੰ ਫੜਾ ਰਹੇ ਇਹ ਜੀ ਮੈਨੂੰ ਫੜਾ ਰਹੇ ਨੇ ਪੱਲਾ